ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਟਰੈਕਟਰ ਬਾਜ਼ਾਰ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਵੇ ਅਤੇ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਹੋਰ ਨਵੀਆਂ ਵੀਡੀਓ ਹਾਂਜੀ ਸਤਿ ਸ੍ਰੀ ਅਕਾਲ ਵੀਰੋ ਵੀਰੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਵੀਰੋ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਨੋਟ ਕਰ ਲਓ 07876196625 ਇਹ ਨੰਬਰ ਤੇ ਵੀਰੋ ਤੁਸੀਂ ਕਿਸੇ ਵੀ ਆਪਣੇ ਖੇਤੀਬਾੜੀ ਵਾਲੇ ਸੰਦ ਦੀ ਟਰੈਕਟਰ ਕਾਰ ਜੀਪ ਗੱਡੀ ਹਾਲਤ ਆ ਵੀਆ ਸੁਹਾਗਾ ਰੋਟਾਵੇਟਰ ਕਿਸੇ ਵੀ ਸਾਈ ਦਾ ਟਰਾਲਾ ਜਾਂ ਟਰੋਲੀ ਕੋਈ ਬੱਸ ਵਗੈਰਾ ਸੇਲ ਵਾਸਤੇ ਹੈ ਉਸਦੀ ਐਡ ਆਪਣੇ ਚੈਨਲ ਟ੍ਰੈਕਟਰਜ਼ ਆਰ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਹਰੇਕ ਸਾਧਨ ਦੀਆਂ 5 ਤੋਂ 6 ਫੋਟੋਆਂ ਤੇ ਬਾਕੀ ਵਾਣਦੀ ਜਾਣਕਾਰੀ ਸਾਡੇ ਇਹ ਨੰਬਰ ਦੇ ਵਟਸਐਪ ਦੇ ਉੱਪਰ ਭੇਜ ਕੇ ਫ੍ਰੀ ਚ ਐਡ ਕਰਵਾ ਸਕਦੇ ਹੋ ਜੀ ਜੋ ਵੀ ਸਾਧਨ ਐਡ ਵਾਸਤੇ ਭੇਜਣਾ ਰੇਟ ਸਹੀ ਮਾਰਕੀਟ ਵੈਲਿਊ ਸਾਧਨਾਂ ਫੋਟੋਆਂ ਵੀ ਨ ਤੋਂ ਪੁਰਾਣੀਆਂ ਨਹੀਂ ਹੋਣੀਆਂ ਚਾਹੀਦੀਆਂ ਬਾਕੀ ਵੀਰੋ ਸਾਰੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਸਹੀ ਨੰਬਰ ਨੋਟ ਕਰਕੇ ਮੇਰੇ ਨਾਲ ਕੰਟੈਕਟ ਕਰਿਆ ਕਰੋ ਜੋ ਵੀ ਸਾਧਨ ਖਰੀਦਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਆਪਾਂ ਸੋਨ ਲੀਗਾ 60 ਡੀ ਆਰ ਐਕਸ ਟ੍ਰੈਕ ਟਰੈਕਟਰ ਵੀਰੋ 2015 ਮਾਡਲ ਹੈ 2015 ਮਾਡਲ ਹੈ ਜੀ ਫੋਟੋਮਾ ਸਕਰੀਨ ਤੇ ਸ਼ੋ ਹੋ ਰਿਹਾ ਨੇ ਕੰਡੀਸ਼ਨ ਚੈੱਕ ਕਰ ਸਕਦੇ ਹੋ ਪਾਵਰ ਸਟੀਅਰਿੰਗ ਹੈ ਡਬਲ ਕਲਚ ਹੈ ਸਾਈਡ ਗੇਅਰ ਹੈ ਤੇਲ ਵਾਲੀਆਂ ਬ੍ਰੇਕਾਂ ਨੇ ਸਾਫ਼ ਸੁਥਰੀ ਕੰਡੀਸ਼ਨ ਚ ਟਰੈਕਟਰ ਹੈ ਜੋ ਵੀ ਵੀਰ ਖਰੀਦਣ ਦਾ ਚਾਹਵਾਣਾ ਟਰੈਕਟਰ ਨੂੰ ਚਲਾ ਕੇ ਚੈੱਕ ਕਰਕੇ ਮੌਕੇ ਤੇ ਸੰਤੁਸ਼ਟੀ ਕਰਕੇ ਖਰੀਦ ਸਕਦਾ ਹੈ ਬਿਲਕੁਲ ਜੈਨੂਇਨ ਟਰੈਕਟਰ ਹੈ 60% ਟਾਇਰ ਨੇ ਚਾਰੋਂ ਟਾਇਰ ਸੇਮ ਕੰਡੀਸ਼ਨ ਦੇ ਵਿੱਚ ਨੇ 60% ਨੇ ਡਬਲ ਡਿਸਟ੍ਰੀਬਿਊਟਰ ਟਰੈਕਟਰ ਹੈ ਜੀ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਵਗੈਰਾ ਨਹੀਂ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਪੇਪਰ ਵਗੈਰਾ ਸਾਰੇ ਮੌਕੇ ਤੇ ਕੰਪਲੀਟ ਮਿਲ ਜਾਣਗੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਕਰ ਸਕਦੇ ਹੋ ਬਿਰਾਂ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ 4,50,000 ਰੁਪਇਆ 4,50,000 ਰੁਪਇਆ ਡਿਮਾਂਡ ਹੈ ਬੈਗਟਾਰਾਂ ਨੂੰ ਬੇਟ ਲੱਗੇ ਨੇ ਬਿਰਾਂ ਦਾ ਏਰੀਆ ਜੋ ਸਾਬੂਰਪਿੰਡਾ ਬਿਰਾਂ ਦਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਸਾਬੂਰਪਿੰਡਾ ਬਿਰਾਂ ਦਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਡਿਮਾਂਡ ਵੇਰਵੋ 450000 ਰੁਪਿਆ ਰੇਟ ਬਾਕੀ ਵੀ ਮੌਕੇ ਤੇ ਐਡਜਸਟ ਕਰ ਲੈਣਗੇ ਫਿਕਸ ਪ੍ਰਾਈਸ ਵੇਰਾਂ ਦਾ ਨਹੀਂ ਹੈਗਾ ਬਧੇਰੀ ਜਾਣਕਾਰੀ ਲਈ ਮੋਬਾਈਲ ਨੰਬਰ ਵੇਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸੇ ਨੰਬਰ ਤੇ ਗੱਲਬਾਤ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਅੱਗੇ ਵੀਰੋ ਗੱਲ ਕਰਦੇ ਆ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ TX+ ਟਰੈਕਟਰ ਸੇਲ ਵਾਸਤੇ ਹੈ ਜੀ ਮਾਡਲ 2018 ਟਰੈਕਟਰ ਹੈ ਟਰੈਕਟਰ 2018 ਮਾਡਲ ਟਰੈਕਟਰ ਹੈ ਜੀ ਕੰਡੀਸ਼ਨ ਵਗੈਰਾ ਸਾਰੀ ਸਾਫ਼ ਹੈ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਟਾਪ ਮਾਡਲ ਟਰੈਕਟਰ ਹੈ ਜੀ ਟਾਪ ਮਾਡਲ ਹੈ ਪਾਵਰ ਸਟੀering ਹੈ ਡਬਲ ਕਲਚ ਰਿਵਰਸ ਪੀਟੀਓ ਤੇਲ ਵਾਲੀਆਂ ਬ੍ਰੇਕਾਂ ਸਾਈਡ ਗੇਅਰ 3 ਸਪੀਡ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਟਰੈਕਟਰ ਹੈ ਜੀ ਫਾਈਬਰ ਵਾਲੀ ਛਤਰੀ ਲੱਗੀ ਹੋਈ ਹੈ ਟਾਇਰ 85% ਨੇ ਚਾਰੋਂ ਟਾਇਰ ਸੇਮ ਕੰਡੀਸ਼ਨ ਦੇ ਵਿੱਚ ਨੇ ਹਰਿਆਣਾ ਨੰਬਰ ਟਰੈਕਟਰ ਹੈ ਜੀ ਪੇਪਰ ਮੌਕੇ ਤੇ ਕੰਪਲੀਟ ਹੈ ਮਿਲ ਜਾਣਗੇ ਟਰੈਕਟਰ ਦੇ ਹਰਿਆਣਾ ਨੰਬਰ ਟਰੈਕਟਰ ਹੈ ਟਾਪ ਮਾਡਲ ਦੇ ਵਿੱਚ ਹੈ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਵਗੈਰਾ ਨਹੀਂ ਵਧੀਆ ਕੰਡੀਸ਼ਨ ਚੱਲਦਾ ਜੀ ਬੈਕ ਸਾਈਡ ਤੋਂ ਹੀ ਸੀਵ ਵਗੈਰਾ ਦੀ ਫੋਟੋ ਮੋਬਾਈਲ ਸਕਰੀਨ ਤੇ ਸ਼ੋਹਰੇ ਨੇ ਇਸੇ ਦੀ ਕੰਡੀਸ਼ਨ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਸਾਰੀ ਓਕੇ ਐ ਪੇਪਰ ਵਗੈਰਾ ਕੰਪਲੀਟ ਮਿਲ ਲਿਆਣਗੇ ਕੋਈ ਪ੍ਰੋਬਲਮ ਨਹੀਂ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਟਰੈਕਟਰ ਦੇ ਮਾਲਕ ਵਿਰਾਂ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਐ 5,60,000 ਰੁਪਇਆ 5,60,000 ਰੁਪਇਆ ਡਿਮਾਂਡ ਐ ਫਿਕਸ ਪ੍ਰਾਈਸ ਨਹੀਂ ਐਗਾ ਰੇਟ ਮੌਕੇ ਦੇ ਵਿਰਾਂ ਅਡਜਸਟ ਕਰ ਲੈਣਗੇ ਸਿਰਫ ਵਿਰਾਂ ਵੱਲੋਂ ਇੱਕ ਡਿਮਾਂਡ ਐ ਬਾਕੀ ਏਰੀਆ ਵਿਰਾਂ ਦਾ ਜ਼ਿਲ੍ਹਾ ਸਰਸਾ ਏਰੀਆ ਵੀਰਾਂ ਦਾ ਡਿਸਟ੍ਰਿਕਟ ਸਰਸਾ ਹਰਿਆਣਾ ਦੇ ਵਿੱਚ ਜ਼ਿਲ੍ਹਾ ਸਰਸਾ ਏਰੀਆ ਵੀਰਾਂ ਦਾ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਹ ਨੰਬਰ ਤੇ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੋ ਵੀਰਾਂ ਨੇ ਹਾਲ ਤੱਕ ਇਹ ਵੀਡੀਓ ਨਹੀਂ ਸ਼ੇਅਰ ਨਹੀਂ ਕੀਤਾ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਵੀਡੀਓ ਅੱਗੇ-ਅੱਗੇ ਸ਼ੇਅਰ ਕਰ ਦਿਆ ਕਰੋ ਤਾਂਕਿ ਬਹੁਤ ਬਹੁਤ ਵੀਰ ਆਪਣੇ-ਆਪਣੇ ਟਰੈਕਟਰਾਰੇ ਨਾਲ ਜੁੜ ਸਕਣੇ ਮੇਰੇ ਜੀ ਤੁਹਾਡੇ ਲਈ ਆਰਦਾ ਕਰ ਸਕੀਏ ਕੋਈ ਵੀਰ ਨੇ ਸਾਧਨਾਂ ਚ ਕੋਈ ਸਾਧਨ ਖਰੀਦਣਾ ਚਾਹੁੰਦਾ ਐਡ ਦੇ ਏਰੀਆ ਸਾਰੀ ਜਾਣਕਾਰੀ ਆਸਾਨੀ ਦੇ ਨਾਲ ਪ੍ਰਾਪਤ ਕਰਕੇ ਖਰੀਦ ਸਕੇ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਅੱਗੇ ਗੱਲ ਕਰਦੇ ਆ ਵੀਰੋ ਜੌਂਡੀਅਰ 5050 ਡੀ ਟਰੈਕਟਰ ਸੇਲ ਵਾਸਤੇ ਆ ਜੌਂਡੀਅਰ 5050 ਡੀ ਟਰੈਕਟਰ ਹੈ ਵੀਰੋ 2013 ਮਾਡਲ 2013 ਮਾਡਲ ਹੈ ਜੀ ਪੇਂਟ ਵਗੈਰਾ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਚ ਹੈ ਸ਼ਾਈਨਿੰਗ ਚ ਪੇਂਟ ਹੈ ਸੈਕੰਡ ਓਨਰ ਹੈ ਟੋਟਲੀ オリジナル ਟਰੈਕਟਰ ਹੈ ਕੋਈ ਪਾਰਟਸ ਵਗੈਰਾ ਚੇਂਜ ਨਹੀਂ ਕੀਤਾ オリジナル ਟਰੈਕਟਰ ਹੈ PV13 ਨੰਬਰ ਹੈ ਟਰੈਕਟਰ ਦਾ ਜੀ PV13 ਨੰਬਰ ਹੈ ਮਿਊਜ਼ਿਕ ਸਿਸਟਮ ਤੇ ਹੁੱਡ ਨਾਲ ਹੀ ਦੇਣਾ ਵੀਰਾਂ ਨੇ ਮਿਊਜ਼ਿਕ ਸਿਸਟਮ ਤੇ ਹੁੱਡ ਨਾਲ ਹੀ ਦੇਣਾ ਐਕਸੈਸਰੀ ਮੰਨ ਲਓ ਜੋ ਲੱਗੀਆਂ ਸਾਰੀ ਨਾਲ ਦੇਣੀ ਹੈ ਕੰਡੀਸ਼ਨ ਵਗੈਰਾ ਓਕੇ 90% ਟਾਇਰ ਨੇ ਚਾਰੋਂ ਟਾਇਰ ਸੇਮ ਕੰਡੀਸ਼ਨ ਦੇ ਨੇ ਮੀਟਰ ਵਰਕਿੰਗ ਦੇ ਵਿੱਚ ਨੇ ਕੰਡੀਸ਼ਨ ਫੁੱਲ ਓਕੇ ਆ ਕੋਈ ਪ੍ਰੋਬਲਮ ਵਗੈਰਾ ਨਹੀਂ ਮੌਕੇ ਤੇ ਜੋ ਵੀ ਵੀਰ ਖਰੀਦੁੰਦਾ ਚਾਹ ਵਣੇ ਚਲਾ ਕੇ ਚੈੱਕ ਕਰਕੇ ਸੰਤੁਸ਼ਟੀ ਕਰਕੇ ਖਰੀਦ ਸਕਦਾ ਜੀ ਟਰੈਕਟਰ ਦੇ ਮਾਲਕ ਬਿਰਾਂ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 430000 ਰੁਪਿਆ 430000 ਰੁਪਿਆ ਡਿਮਾਂਡ ਹੈ ਬਿਰਾਂ ਦੀ ਰੇਟ ਦੇ ਵਿੱਚ ਬਾਕੀ ਪਰ ਮੌਕੇ ਤੇ ਘੱਟ ਕਰ ਲੈਣਗੇ ਫਿਕਸ ਪ੍ਰਾਈਜ਼ ਨਹੀਂ ਹੈਗਾ ਰੇਟ ਦੇ ਵਿੱਚ ਐਡਜਸਟਮੈਂਟ ਹੋ ਜਾਏਗੀ ਬਿਰਾਂ ਦਾ ਏਰੀਆ ਜੋ ਸ਼ਾਂਤਾ ਵਾਲਾ ਪਿੰਡ ਹੈ ਬਿਰਾਂ ਦਾ ਨਾਬੇ ਦੇ ਨੇੜੇ ਸ਼ਾਂਤਾ ਵਾਲਾ ਪਿੰਡ ਹੈ ਬਿਰਾਂ ਦਾ ਨਾਬੇ ਦੇ ਨੇੜੇ ਵਧੇਰੀ ਜਾਣਕਾਰੀ ਲਈ ਮੋਬਾਈਲ ਨੰਬਰ ਬਿਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਹ ਨੰਬਰ ਤੇ ਗੱਲਬਾਤ ਕਰਕੇ ਏਰੀਆ ਸੰਬੰਧੀ ਰੇਟ ਸੰਬੰਧੀ ਕਿਸੇ ਤੋਂ ਵੀ ਗੱਲਬਾਤ ਕਰ ਸਕਦੇ ਹੋ ਅੱਗੇ ਵੀਰੋ ਗੱਲ ਕਰਦੇ ਆ ਜੀ 18 ਤਵੀਆਂ ਸੇਲ ਵਾਸਤੇ ਨੇ 18 ਤਵੀਆਂ ਦਾ ਸੈੱਟ ਹੈ ਵੀਰੋ ਸੇਲ ਵਾਸਤੇ ਕੰਡੀਸ਼ਨ ਵਗੈਰਾ ਸਾਫ਼ ਸੁਥਰੀ ਕੰਡੀਸ਼ਨ ਹੈ ਪੇਂਟ ਵਗੈਰਾ ਜ਼ਰੂਰ ਲਿਆ ਹੋਇਆ ਤਵੀਆਂ ਦਾ ਬਾਕੀ ਕੰਡੀਸ਼ਨ ਵਗੈਰਾ ਸਾਰੀ ਓਕੇ ਹੈ ਤਵੇ 23 ਇੰਚ ਤਵੇ ਨੇ ਜੀ ਤਵਿਆਂ ਦੀ ਕੰਡੀਸ਼ਨ 23 ਇੰਚ ਪਈ ਹੈ ਹਿੱਸਾ ਵੇ ਸਾਫ਼ ਸੁਥਰੀ ਕੰਡੀਸ਼ਨ ਚ ਹੈ ਹਿੱਸੇ 'ਚ ਕੋਈ ਡੱਟਪਾਜ ਵਗੈਰਾ ਨਹੀਂ ਕੋਈ ਬੈਲਟ ਨਹੀਂ ਬਿਲਕੁਲ ਸਾਫ਼ ਸੁਥਰੀ オリジナル ਹਿੱਸਾ ਹੈ ਗਰੀਸ ਵਗੈਰਾ ਹੋਈ ਹੈ ਪਾਰਟਸ ਵਗੈਰਾ ਸਾਰੇ ਕੰਪਲੀਟ ਪੂਰੇ ਮਿਲਣਗੇ ਹਿੱਸਾ ਵਗੈਰਾ ਨਾਲ ਲੱਗਿਆ ਹੋਇਆ ਜੀ ਮੰਗਰ ਟੈਰਾਂ ਵਾਲਾ ਹਿੱਸਾ ਨਾਲ ਪਾਰਟਸ ਵਗੈਰਾ ਸਾਰੀਆਂ ਤਵੀਆਂ ਦੇ ਪੂਰੇ ਮਿਲਣਗੇ 23 ਇੰਚ ਤਵੇ ਨੇ ਗਰੀਸ ਪੁਆਇੰਟ ਵਗੈਰਾ ਸਾਰੇ ਵਰਕਿੰਗ ਦੇ ਵਿੱਚ ਨੇ ਵਧੀਆ ਸਾਫ ਸੁੱਧਰੀ ਕੰਡੀਸ਼ਨ ਦੇ ਤਵੀਆਂ ਨੇ ਤਵੀਆਂ ਦੀ ਡਿਮਾਂਡ ਰੱਖੀ ਗਈ ਹੈ 52000 ਰੁਪਿਆ 52000 ਰੁਪਿਆ ਬਿਨਾਂ ਬਲੋ ਡਿਮਾਂਡ ਰੱਖੀ ਗਈ ਹੈ ਫਿਕਸ ਪ੍ਰਾਈਜ਼ ਨਹੀਂ ਹੈਗਾ ਰੇਟ ਵੀਰ ਮੌਕੇ ਤੇ ਐਡਜਸਟ ਕਰ ਲੈਣਗੇ ਸਿਰਫ ਬਿਨਾਂ ਬਲੋ ਡਿਮਾਂਡ ਹੈ ਵਿਰਾਂ ਦਾ ਏਰੀਆ ਜੋ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਮਜੀਠਾ ਏਰੀਆ ਵਿਰਾਂ ਦਾ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਮਜੀਠਾ ਏਰੀਆ ਵਿਰਾਂ ਦਾ ਸਾਫ ਸੁਥਰੀ ਕੰਡੀਸ਼ਨ ਨੇ 18 ਤਵੀਆਂ ਦਾ ਸੈੱਟ ਹੈ ਜੀ ਬੁਧੀ ਰੀਜ਼ਨ ਕਰ ਲਈ ਮੋਬਾਈਲ ਨੰਬਰ ਵਿਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ 9 9 ਤਵੀਆਂ ਦਾ ਸੈੱਟ ਹੈ 9 ਅੱਗੇ ਨੂੰ ਪਿੱਛੇ 9 ਦੇ ਨਾਲ 18 ਤਵੀਆਂ ਦਾ ਸਾਰਾ ਕੰਪਲੀਟ ਸੈੱਟ ਹੈ ਦੇਰੀ ਜਾਣੀ ਕਰ ਲਈ ਮੋਬਾਈਲ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਹ ਨੰਬਰ ਤੇ ਗੱਲਬਾਤ ਕਰਕੇ ਤਵੀਆਂ ਨੂੰ ਖਰੀਦ ਸਕਦੇ ਹੋ ਜੀ ਅੱਗੇ ਵੀਰੂ ਗੱਲ ਕਰਦੇ ਆ ਲੈਜ਼ਰ ਲੈਵਲਰ ਸੇਲ ਵਾਸਤੇ ਹੈ ਜੀ ਲੈਜ਼ਰ ਲੈਵਲਰ ਸੇਲ ਵਾਸਤੇ ਹੈ 2018 ਮਾਡਲ 2018 ਮਾਡਲ ਲੈਜ਼ਰ ਲੈਵਲਰ ਹੈ ਜੀ ਇਹ ਕੰਡੀਸ਼ਨ ਵਗੈਰਾ ਚੈੱਕ ਕਰ ਸਕਦੇ ਹੋ ਪ੍ਰੈਸ਼ਰ ਵਾਲਾ ਲੈਜ਼ਰ ਲੈਵਲਰ ਹੈ ਮਸ਼ੀਨਾ ਵਗੈਰਾ ਦੀ ਫੁੱਟਮਾਂ ਦੇਖ ਸਕਦੇ ਹੋ ਜੀ ਪਲਾਉ ਵਾਲਿਆਂ ਦਾ ਬਣਿਆ ਹੋਇਆ ਹੈ ਕੰਡੀਸ਼ਨ ਵਗੈਰਾ ਸਾਫ਼ ਹੈ ਬਾਕੀ ਅੱਗੇ ਮਸ਼ੀਨਾਂ ਵਗੈਰਾ ਦੀਆਂ ਫੁੱਟਵਾਲ ਸਕਰੀਨ ਤੇ ਛੋਣ ਗਿਆ ਟਾਇਰ ਵਗੈਰਾ ਸਾਫ਼ ਸੁਥਰੀ ਕੰਡੀਸ਼ਨ ਪਏ ਨੇ α ਦਾ ਸਿਸਟਮ ਲੱਗਿਆ ਹੋਇਆ ਜੀ α ਦਾ ਸਿਸਟਮ ਲੱਗਿਆ ਹੋਇਆ ਸਾਰਾ ਉੱਪਰ ਕੰਡੀਸ਼ਨ ਵਗੈਰਾ ਸਾਰੀ ਸਾਫ਼ ਹੈ ਸਿਸਟਮ ਸਾਰਾ ਵਰਕਿੰਗ ਦੇ ਵਿੱਚ ਹੈ ਕੰਪਿਊਟਰ ਕਿਰਾਏ ਦਾ ਜੋ ਸਿਸਟਮ ਹੈ ਸਾਰਾ ਵਰਕਿੰਗ ਦੇ ਹੈ ਵਧੀਆ ਕੰਡੀਸ਼ਨ ਚ ਹੈ ਸੰਤੁਸ਼ਟੀ ਵਗੈਰਾ ਮੌਕੇ ਤੇ ਸਾਰਿਆਂ ਨੂੰ ਟੈਸਟ ਕਰਕੇ ਲੈ ਸਕਦੇ ਹੋ ਅਲ ਫਾਲਸ ਸਿਸਟਮ ਲੱਗਿਆ ਹੋਇਆ ਸਾਰਾ ਪਲੋ ਵਾਲਿਆਂ ਦਾ ਬਣਿਆ ਹੋਇਆ ਲੀਜ਼ਰ ਲੈਵਲਰ ਹੈ ਟੈਰਾ ਵਗੈਰਾ ਦੀ ਕੰਡੀਸ਼ਨ ਓਕੇ ਹੈ ਸਾਰੀ ਵਧੀਆ ਸਾਫ ਸੁੱਧਰੀ ਕੰਡੀਸ਼ਨ ਟੈਰਨੇ 18 ਮਾਡਲ ਹੈ ਜੀ ਇਹ 18 ਮਾਡਲ ਕਰਾਹ ਹੈ ਬਿਰਾ ਬਲੋਡ ਕਰਾਹੇ ਦੀ ਡਿਮਾਂਡ ਰੱਖੀ ਗਈ ਹੈ 1,60,000 ਰੁਪਿਆ 1,60,000 ਰੁਪਿਆ ਡਿਮਾਂਡ ਹੈ ਰੇਟ ਦੇ ਵਿੱਚ ਮੌਕੇ ਦੇ ਵੀ ਅਡਜਸਟ ਕਰ ਲੈਣਗੇ ਬਿਰਾਂ ਦਾ ਏਰੀਆ ਜੋ ਸਾਬੂ ਪਰ ਜਿਹੜਾ ਤਰਨਤਾਰਨ ਦੇ ਵਿੱਚ ਹਿਸਾਬੂ ਪਰ ਏਰੀਆ ਹੈ ਬਿਰਾਂ ਦਾ ਜਿਲ੍ਹਾ ਤਰਨਤਾਰਨ ਦੇ ਵਿੱਚ ਬਧੇਰੀ ਜਾਣਕਾਰੀ ਲਈ ਮੋਬਾਈਲ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋਅ ਰਿਹਾ ਹੈ ਇਹ ਨੰਬਰ ਤੇ ਗੱਲਬਾਤ ਕਰਕੇ ਲੇਜ਼ਰ ਲੈਵਲਰ ਕੰਪਿਊਟਰ ਗ੍ਰਾਹਕ ਨੂੰ ਖਰੀਦ ਸਕਦੇ ਹੋ ਗ੍ਰਾਹਕੇ ਸੰਬੰਧੀ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅੱਗੇ ਵੀਰੋ ਗੱਲ ਕਰਦੇ ਆ ਤਾਰਾ ਸਿੰਘ ਬਿਲਗਾ ਦੀ ਬਣੀ ਹੋਈ ਟਰਾਲੀ 16 ਫੁੱਟੀ ਹੈ ਜੀ ਤਾਰਾ ਸਿੰਘ ਬਿਲਗਾ ਦੀ ਬਣੀ ਹੋਈ ਟਰਾਲੀ ਹੈ 16 ਫੁੱਟ ਲੰਬਾਈ ਹੈ 7 ਫੁੱਟ ਚੜਾਈ ਹੈ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ 10 ਇੰਚੀ ਚਾਸੀ ਲੱਗੀ ਹੋਈ ਹੈ 10 ਨਾਟੀ ਹੱਬ ਲੱਗੀ ਹੋਈ ਹੈ ਥੱਲੇ ਕੈਂਚੀਆਂ ਲੱਗੀਆਂ ਹੋਈਆਂ ਨੇ ਜੀ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਤਿਆਰ ਹੋਈ ਐ ਮਜ਼ਬੂਤ ਹੈਵੀ ਵਿੱਡ ਲੱਗਿਆ ਹੋਇਆ ਬਿਨਾਂ ਜਾਲੀ ਤੋਂ ਸਿੰਪਲ ਮਜ਼ਬੂਤ ਹੈਵੀ ਵਿੱਡ ਲੱਗਿਆ ਹੋਇਆ ਜੀ ਡਬਲ ਡੈਰੀ ਟਰਾਲੀ ਐ ਡਬਲ ਟਾਇਰਾਂ ਦੇ ਵਿੱਚ ਬਾਕੀ ਟੂਲ ਬਾਕਸ ਵਗੈਰਾ ਦੀ ਬਾਡੀ ਵਗੈਰੇ ਦੇ ਸੁਭਦਾ ਹੈਗੀ ਐ ਜੀ ਬਾਕੀ ਥੱਲੋਂ ਅੱਗੇ ਹਿੱਸੇ ਵਗੈਰਾ ਦੀ ਫੁੱਟਬਾਲ ਸਕਰੀਨ ਤੇ ਛੋੜਨੀ ਐ ਹਿੱਸੇ ਵਗੈਰਾ ਦੀ ਕੰਡੀਸ਼ਨ ਅੱਗੇ ਦੇਖ ਸਕਦੇ ਹੋ ਟਾਇਰਾਂ ਵਗੈਰਾ ਦੀ ਕੰਡੀਸ਼ਨ ਵੀ 10 ਨੱਟੀ ਹੱਬ ਐ ਜੀ 10 ਇੰਚੀ ਚਾਸੀ ਐ ਮਜ਼ਬੂਤ ਹੈਵੀ ਟਰਾਲੀ ਬਣੀ ਹੋਈ ਐ ਕੈਂਚੀਆਂ ਦੇ ਨਾਲ ਵਿਰਵਲੋ ਟਰਾਲੀ ਦੀ ਡਿਮਾਂਡ ਰੱਖੀ ਗਈ ਹੈ 245000 ਰੁਪਿਆ 245000 ਰੁਪਿਆ ਡਿਮਾਂਡ ਹੈ ਵੀਰਾਂ ਦੀ ਫਿਕਸ ਪ੍ਰਾਈਸ ਨਹੀਂ ਹੈਗਾ ਰੇਟ ਵੀਰ ਮੌਕੇ ਤੇ ਅਡਜਸਟ ਕਰ ਲੈਣਗੇ ਵੀਰਾਂ ਦਾ ਏਰੀਆ ਜੋ ਮਜੀਠਾ ਏਰੀਆ ਵੀਰਾਂ ਦਾ ਡਿਸਟ੍ਰਿਕਟ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਮਜੀਠਾ ਏਰੀਆ ਜੀ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਮਜੀਠਾ ਏਰੀਆ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋਅ ਰੈਨ ਨੰਬਰ ਤੇ ਗੱਲਬਾਤ ਕਰਕੇ ਟਰਾਲੀ ਨੂੰ ਖਰੀਦ ਸਕਦੇ ਹੋ ਟਰਾਲੇ ਸੰਬੰਧੀ ਕਿਸੇ ਮੇਰੇ ਵੀਰ ਨੇ ਹੋਰ ਜਾਣਕਾਰੀ ਲੈਣੀ ਹੋਵੇ ਇਸ ਨੰਬਰ ਤੇ ਕੰਟੈਕਟ ਕਰਕੇ ਬਾਕੀ ਜਾਣਕਾਰੀ ਪ੍ਰਾਪਤ ਕਰ ਸਕਦਾ ਜੀ ਜੋ ਵੀ ਵੀਰ ਜਿੰਨਾ ਚਾਹਵਣ ਹਾਂਜੀ ਵੀਰੋ ਅੱਜ ਦੀ ਵੀਡੀਓ ਦਾ ਸਫ਼ਰ ਆਪਣਾ ਇੱਥੋਂ ਤੱਕ ਸੀ ਸਾਰੇ ਹੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਦੇਖਣ ਲਈ ਜੋ ਵੀਰਾਂ ਨੇ ਆਪਣੇ ਚੈਨਲ ਟ੍ਰੈਕਟਰ ਯਾਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਵੀਡੀਓ ਦੇ ਨੀਚੇ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਹ ਤੇ ਕਲਿੱਕ ਕਰਕੇ ਚਾਹੇ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਸਾਡੀ ਰੋਜ਼ਾਨਾ ਵਾਲੀ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਏਗੀ ਫਰੀ ਦੇ ਵਿੱਚ ਸਬਸਕ੍ਰਾਈਬਰ ਹੁੰਦਾ ਵੀਰੋ ਕੋਈ ਪੈਸਾ ਨਹੀਂ ਲੱਗਦਾ ਸਬਸਕ੍ਰਾਈਬਰ ਦਾ ਇਹ ਮਤਲਬ ਹੈ ਕਿ ਰੋਜ਼ਾਨਾ ਨਵੀਂ ਆਉਣ ਵਾਲੀ ਵੀਡੀਓ ਨੱਕੇ ਦੇ ਕੇ ਸ਼ੇਅਰ ਕਰ ਦਿਓ ਕੋਈ ਵੀ ਰਿਆ ਸਾਧਨ ਖਰੀਦਣਾ ਚਾਹੁੰਦਾ ਐਡ ਦੇ ਏਰੀਆ ਸਾਨੀ ਦੇ ਨਾਲ ਪ੍ਰਾਪਤ ਕਰਕੇ ਖਰੀਦ ਸਕੇ ਚੈਨਲ ਦੇ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰ ਵੀਡੀਓ ਨੂੰ ਸ਼ੇਅਰ ਕਰ ਦਿਓ ਜੋ ਵੀ ਰੱਜ ਤੱਕ ਆਪਣੇ ਚੈਨਲ ਦੇ ਨਾਲ ਜੁੜੇ ਰਹੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਵੀ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਤੇ ਹੋਰ ਬਾਤੂ ਵਾਲੇ ਵੀਰਾਂ ਨੂੰ ਜੋੜਦੇ ਰਹੋ ਧੰਨਵਾਦ ਵੀਰੋ